ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਹੈ ਉਹ ਜ਼ਰੂਰ ਛੱਕ ਕੇ ਜਾਣ, ਕਿਉਂਕਿ ਮੇਰੇ ਮਦਰ ਬਹੁਤ ਦੇਰ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਕਿ ਸਮਾਂ ਤਾਂ ਆਉਣੀ ਆਉਣਾ, ਤਾਂ ਮੇਰੇ ਵੱਲੋਂ ਬੇਨਤੀ ਕਰਿਓ ਕਿ ਲੰਗਰ ਸਾਰੇ ਛੱਕ ਕੇ ਜਾਣ, ਭਾਵੇਂ ਥੋੜ੍ਹੀ ਭੁੱਖ ਹੈ ਉਹਦੀ ਬੁੱਧੀ ਉਡਾਉਣ, ਕਿਉਂਕਿ ਇਹਦੇ ਨਾਲ ਮੇਰੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੀ ਅਤੇ ਉਹਨਾਂ ਦੀ ਇੱਛਾ। ਜਿਨ੍ਹਾਂ ਨੇ ਲੰਗਰ ਨਹੀਂ ਛੱਕਿਆ ਉਹ ਜ਼ਰੂਰ ਛੱਕ ਕੇ ਜਾਇਓ। ਅਸੀਂ ਕੋਈ ਮੇਰੇ ਮਿੱਤਰ ਪਿਆਰੇ ਉਸਨੂੰ ਧੰਨਵਾਦ ਦੇਣਾ ਚਾਹੁੰਦੇ ਸੀ ਮੇਰੇ ਮਾਤਾ ਜੀ ਨੂੰ, ਲੇਕਿਨ ਅਸੀਂ ਉਹ ਸਮਾਗਮ ਨਹੀਂ ਕਰਨਾ ਹੈ। ਜਿਹੜੇ ਸੋਕਸ ਨਹੀਂ ਆਏ ਸੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਲੇਕਿਨ ਆਪਣੇ ਮਾਤਾ ਜੀ ਬਾਰੇ ਮੈਂ ਦੋ ਤਿੰਨ ਮਿੰਟ ਜ਼ਰੂਰ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਮੇਰੇ ਮਾਤਾ ਜੀ ਦੇ ਪਿਤਾ ਡਾਕਟਰ ਜੀਵਾ ਸਿੰਘ ਜੀ ਸਮਰਾਲੇ ਦੇ ਬਹੁਤ ਮੰਨੇ ਪ੍ਰਮੰਨੇ ਡਾਕਟਰ ਸਨ। ਅੱਗੇ ਉਹਨਾਂ ਦੇ ਚਾਚਾ ਜੀ ਡਾਕਟਰ ਦਿਆ ਸਿੰਘ, ਉਹ ਵੀ ਬੜੇ ਮਸ਼ਹੂਰ ਸਨ। ਉਹਨਾਂ ਦੇ ਪੁੱਤਰ ਡਾਕਟਰ ਆਤਮਾ ਸਿੰਘ, ਫਿਰ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਈ ਹੋਰ ਬੰਦੇ ਵੀ ਡਾਕਟਰ ਬਣੇ। ਉਹਨਾਂ ਦੇ ਟੱਬਰ ਨੂੰ ਹੀ ਡਾਕਟਰਾਂ ਦਾ ਟੱਬਰ ਹੀ ਕਹਿੰਦੇ ਸੀ। ਹੁਣ ਵੀ ਅਸੀਂ ਤੁਸੀਂ ਸਮਰਾਲਾ ਲੁਧਿਆਣਾ ਰੋਡ ਦੇ ਉੱਤੇ ਘੁਰਾਲ ਪਿੰਡ ਜਾ ਕੇ ਪੁੱਛੋ ਨਾ ਕਿ ਡਾਕਟਰ ਦਾ ਘਰ ਕਿਹੜਾ, ਤੁਹਾਨੂੰ ਪੱਟ ਦੱਸ ਦੇਣਗੇ, ਭਾਵੇਂ ਉੱਥੇ ਸਾਡੇ ਬਹੁਤੇ ਬੰਦੇ ਰਹਿੰਦੇ। ਤੇ ਜਿਨ੍ਹਾਂ ਦਿਨਾਂ ਦੇ ਵਿੱਚ ਲੋਕ ਆਪਣੀਆਂ ਲੜਕੀਆਂ ਨੂੰ ਪੜ੍ਹਾਉਂਦੇ ਲਈ ਸਕੂਲ ਸੀ ਭੇਜਦੇ ਹੁੰਦੇ, ਉਹਨਾਂ ਦਿਨਾਂ ਦੇ ਵਿੱਚ ਮੇਰੇ ਮਾਤਾ ਜੀ ਜਸਪਾਲੋ ਸਕੂਲ ਦੇ ਵਿੱਚ ਪੜ੍ਹਦੇ ਸੀ, ਬੋਰਡਿੰਗ ਸਕੂਲ। ਇਹ ਉਹੀ ਸਕੂਲ ਹੈ ਜਿੱਥੇ ਆਪਣੇ ਡਾਕਟਰ ਦਲੀਪ ਕੌਰ ਟਿਵਾੜਾ ਉਹਨਾਂ ਦਿਨਾਂ ਵਿੱਚ ਪੜ੍ਹਦੇ ਸੀ ਅਤੇ ਉਹਨਾਂ ਦੀਆਂ ਭੈਣਾਂ। ਬਹੁਤ ਮੰਨਿਆ ਤਾਂ ਮੰਨਿਆ ਸਕੂਲ ਸੀ, ਲੇਕਿਨ ਬਹੁਤ ਥੋੜ੍ਹੇ ਲੋਕ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਹੁੰਦੇ ਸੀ ਪੜ੍ਹਨ ਦਾ। ਉਹਦੇ ਲੜਕੀਆਂ ਦੇ ਪੜ੍ਹਨ ਦਾ ਜਿੱਦਾਂ ਪ੍ਰਚਲਿਤ ਹੋਇਆ ਨਹੀਂ ਸੀ। ਤਾਂ ਨੌਵੀਂ ਦੇ ਵਿੱਚ ਹੀ ਹੋਏ ਉਹ, ਉਹਨਾਂ ਦਾ ਵਿਆਹ ਕਹਿੰਦੇ ਪਟਿਆਲੇ ਦੇ ਵਿੱਚ ਸ਼ਾਹੀ ਦਰਬਾਰ ਦੇ ਵਿੱਚ ਰਾਜ ਕਵੀ ਸਰਦਾਰ ਰਮਨ ਸਿੰਘ ਗੁਜਰਾਤ, ਜੋ ਸ਼੍ਰੋਮਣੀ ਸਾਹਿਤਕਾਰ ਵੀ ਸਨ, ਉਹਨਾਂ ਦੇ ਬੇਟੇ ਸਰਦਾਰ ਭਖੰਡਲ ਸਿੰਘ ਜੋ ਆਪ ਅਧਿਆਪਕ ਸਨ, ਉਹਨਾਂ ਨਾਲ ਹੋ ਗਏ। ਉਹਨਾਂ ਦਿਨਾਂ ਦੇ ਵਿੱਚ ਹੀ ਮੇਰੇ ਕੋਲ ਦਾਦੀ ਜੀ, ਜਿਹੜੇ ਮੇਰੇ ਦਾਦਾ ਜੀ ਦੇ ਮਗਰ ਮਾਤਾ ਸੰਪੂਰਨ ਕੌਰ ਜਿਹਨੂੰ ਅੰਮਾ ਜੀ ਕਹਿੰਦੇ ਸੀ, ਪਤਾ ਨਹੀਂ ਦੇਖੇ ਹੈ, ਉਹ ਰਾਜ ਗ੍ਰੰਥਨ ਸੀਗੇ ਗੁਰੂ ਗ੍ਰੰਥ ਸਾਹਿਬ ਸਾਹਿਬ ਜਵਾਨੀ ਉਹਨਾਂ ਦੇ ਯਾਦ ਸੀ। ਉਹ ਮੇਰੇ ਮਗਰ ਕਿਉਂਕਿ ਛੋਟੀ ਉਮਰ 'ਚ ਵਿਆਹ ਹੋ ਗਿਆ, ਜਦੋਂ ਆਪਣੇ ਮਾਪਿਆਂ ਨੂੰ ਆਪਣੇ ਪੇਕਿਆਂ ਨੂੰ ਯਾਦ ਕਰਕੇ ਰੋਂਦੇ ਸੀ, ਤਾਂ ਉਹਨਾਂ ਨੂੰ ਸਮਝਾਉਣਾ ਕਿ ਬੇਟਾ ਆਪਣਾ ਅਸਲੀ ਮਾਂ ਬਾਪ ਤੇ ਗੁਰੂ ਗ੍ਰੰਥ ਸਾਹਿਬ ਹੈ, ਉਹ ਆਪ ਵਾਹਿਗੁਰੂ ਮਾਂ ਹੈ ਸਾਡੀ, ਉਹੀ ਸਾਡਾ ਪਿਓ ਹੈ, ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਸੱਖ ਹੈ, ਉਹੀ ਸਾਡਾ ਰਿਸ਼ਤੇਦਾਰ ਹੈ। ਭਾਈ ਉਹ ਯਾਦ ਰੱਖ, ਉੱਤੇ ਕਾਲਸਾ ਸਕੂਲ ਦੀ ਪੜ੍ਹੀ ਹੈ, ਪੰਜ ਬਾਣੀਆਂ ਤੇਰੇ ਯਾਦ ਹੈ, ਤੂੰ ਇੰਨੇ ਉਹਦੇ ਵਿੱਚ ਕਿਉਂ ਆਉਂਦੀ ਹੈ? ਉਹਨਾਂ ਨੇ ਅੰਮਾ ਜੀ ਦੀ ਨਾਲ ਸੇਵਾ ਕਰਨੀ, ਨਾਲ ਦੇ ਪਾਠ ਸੁਣਾਉਣਾ, ਅਤੇ ਬਹੁਤ ਅਸੀਸਾਂ ਵੀ ਹਾਸਲ ਕਰਦੇ ਸੀ। ਉਸ ਤੋਂ ਬਾਅਦ ਜਿਹਨਾਂ ਦਿਨਾਂ ਦੇ ਵਿੱਚ ਲੋਕਾਂ ਕੋਲ ਸਾਈਕਲ ਨਹੀਂ ਨਾ ਹੁੰਦਾ ਸੀ, ਤਾਂ ਮੇਰੇ ਨਾਨਾ ਜੀ ਤਾਂ ਅੱਜੇ ਪੁੱਜੇ ਸੀ, ਉਹਨਾਂ ਕੋਲ BSA ਕੰਪਨੀ ਦਾ ਮੋਟਰਸਾਈਕਲ ਹੁੰਦਾ। ਸਮਰਾਲਾ ਲੁਧਿਆਣਾ ਰੋਡ ਦੇ ਉੱਤੇ ਬਹੁਤ ਜ਼ਿਆਦਾ ਜ਼ਮੀਨ ਸੀ ਇਹਨਾਂ ਦੀ, ਉਹਨਾਂ ਉਸ ਜ਼ਮੀਨ 'ਚ ਕੋਠੇ ਬਣਾਉਂਦੇ ਸੀ। ਰੱਬ ਦਾ ਪਾਣਾ ਐਸਾ ਵਾਪਰਿਆ ਕਿ ਮੋਟਰਸਾਈਕਲ ਐਕਸੀਡੈਂਟ ਦੇ ਵਿੱਚ ਜਵਾਨੀ ਦੇ ਵਿੱਚ ਉਹਨਾਂ ਦੀ ਮੌਤ ਹੋਈ। ਮੇਰੇ ਮਦਰ ਨੂੰ ਬੜਾ ਸੰਤੋਖ ਹੋਇਆ ਕਿ ਮੇਰੀਆਂ ਚਾਰ ਭੈਣਾਂ ਦਾ ਕੀ ਹੋਏਗਾ, ਮੇਰੇ ਚਾਰ ਭਰਾਵਾਂ ਦਾ ਕੀ ਹੋਏਗਾ, ਮੇਰੀ ਮਾਂ ਦਾ ਕੀ ਹੋਏਗਾ। ਪਰ ਉਹਨਾਂ ਨੂੰ ਉਹੀ ਗੱਲ ਤੇ ਮੇਰੇ ਪੜਦਾਦੀ ਜੀ ਵਾਲੀ ਗੱਲ ਕਿ ਭਾਈ ਅਸਲੀ ਪਿਓ ਤੇ ਅਕਾਲ ਪੁਰਖੀ, ਅਸਲੀ ਮਾਂ ਤੇ ਅਕਾਲ ਪੁਰਖੀ ਹੈ, ਤੁਸੀਂ ਪਾਠ ਕਰੋ ਬੇਟਾ, ਤੁਸੀਂ ਅਰਦਾਸ ਕਰੋ ਬੇਟਾ। ਇਹਦੇ ਨਾਲ ਦੋ ਗੱਲਾਂ ਹੁੰਦੀਆਂ, ਇੱਕ ਤਾਂ ਤੁਹਾਡੇ ਮਨ ਵਿੱਚ ਜਿਹੜੀ ਸ਼ਕਤੀ ਆਉਂਦੀ ਹੈ ਕਿ ਤੁਸੀਂ ਅਡੋਰ ਹੋ ਜਾਂਦੇ, ਦੂਜਾ ਤੁਹਾਡੀਆਂ ਪਰਮਾਤਮਾ ਸ਼ੁਭ ਇਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੀਆਂ, ਸ਼ੁਰੂ ਕਰ ਦਿੰਦਾ ਨਾਲ ਦੀ। ਤਾਂ ਮੇਰੇ ਮਾਤਾ ਜੀ ਦੀਆਂ ਇਹਨਾਂ ਅਰਦਾਸਾਂ ਸਦਕਾ ਸਾਰੇ ਸਾਰੇ ਭੈਣ ਭਰਾ ਸਭ ਦੇ ਸਾਰਿਆਂ ਦੇ ਕਾਰਜ ਨਿਰਾਸ ਹੋ ਗਏ, ਸਭ ਸਿਰ ਹੋ ਗਏ। ਉਸ ਤੋਂ ਬਾਅਦ ਮੇਰੇ ਮਾਤਾ ਜੀ ਨੇ ਦੇਖਿਆ ਕਿ ਉਹਨਾਂ ਦਾ ਨਾਮ ਜਪਿਆ ਬਹੁਤ ਵਾਰ ਕਰਦਾ, ਕਈ ਵਾਰੀ ਮੌਤ ਦੇ ਮੂੰਹ 'ਚ ਗਿਆ। ਇੱਕ ਵਾਰੀ ਤਾਂ ਮੈਂ ਸੱਤਵੀਂ ਅੱਠਵੀਂ 'ਚ ਹੁੰਦਾ ਸੀ, ਕੋਈ ਗਲਾ ਖਰਾਬ ਹੋਇਆ, ਆਪਣੇ ਡਾਕਟਰ ਅਮਰਜੀਤ ਸਿੰਘ ਜੀ ਬੜੇ ਮਸ਼ਹੂਰ ਡਾਕਟਰ ਹੋਏ, ਉਹਨਾਂ ਨੇ ਟੀਕਾ ਤੋਂ ਲਿਖਿਆ, ਉਹ ਅੱਗੇ ਜਿਸ ਤੋਂ ਜਾ ਕੇ ਲਵਾਇਆ ਉਹ ਟੀਕਾ ਗਲਤ ਲਾਓ, ਟੀਕਾ ਗਲਤ ਲਾਉਣ ਨਾਲ ਬਿਲਕੁਲ ਹੀ ਗਲਾ ਬੰਦ ਹੋ। ਤਾਂ ਮੈਂ ਕਿਹਾ ਕਿ ਮੇਰੇ ਤੋਂ ਆ ਗਏ, ਅਸੀਂ ਹੋਰ ਡਾਕਟਰ ਤੋਂ ਪੜ੍ਹਾਇਆ, ਉਹ ਤਾਂ ਕੋਈ ਪੜ੍ਹਿਆ ਲਿਖਿਆ ਕੀ ਹੈ, ਇੰਨਾ ਸ਼ੁੱਧ ਸਾਡੀ ਟੀਕੇ ਵਾਲੀ ਸ਼ੀਸ਼ੀ ਤੋਂ ਅਸੀਂ ਸਮਝੀ ਹੋਈ ਸੀ। ਮੈਂ ਇੱਕ ਹੋਰ ਡਾਕਟਰ ਸਾਹਿਬ ਕੋਲ ਗਿਆ, ਉਹ ਕਹਿੰਦੇ ਇਹ ਟੀਕਾ ਲਾਉਂਦਾ ਲਿਖਿਆ ਤਾਂ ਹੋਰ ਸੀ, ਇਹ ਗਲਤ ਟੀਕਾ ਲਾਉਣ ਨਾਲ ਇਹ ਪ੍ਰੋਬਲਮ ਆ ਗਈ ਹੈ, ਲੇਕਿਨ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਬਚ ਗਏ ਉਸ, ਨਹੀਂ ਤਾਂ ਉਸ ਉਦੋਂ ਹੀ ਚਲੇ ਗਏ ਸੀ। ਉਸ ਤੋਂ ਬਾਅਦ ਇੱਕ ਵਾਰੀ ਕੀ ਹੋਇਆ, ਅਨੰਦਪੁਰ ਸਾਹਿਬ ਗਏ,
ਕਹਿੰਦੇ ਨੈਣਾ ਦੇਵੀ ਦੇ ਵੀ ਦਰਸ਼ਨ ਕਰਕੇ ਆਏ। ਮੇਰੇ ਫਾਦਰ ਵੀ ਨਾਲ ਸੀ, ਉੱਥੇ ਕੁਝ ਪੌੜੀਆਂ ਜਿਹੜੇ ਸੀ ਉੱਥੇ ਬੜਾ ਦੁੱਖ ਦਾ ਚੱਕਰ ਆਇਆ ਬਿਸਿੰਗ ਹੋ ਗਏ, ਉੱਥੇ ਵੀ ਕਹਿ ਲੈ ਵੀ ਕਹਿ ਦੇ ਉੱਥੋਂ ਪਰਮਾਤਮਾ ਨੇ ਬਿਛਾ। 1984 ਦੇ ਵਿੱਚ ਮੇਰੇ ਕਜ਼ਨ ਦੀ ਭੁਆਜੀ ਦੇ ਲੜਕੇ ਦਾ ਵਿਆਹ ਸੀ, ਬਰਾਤ ਗਏ ਉੱਥੇ ਜਾ ਕੇ ਫਿਰ ਤਬੀਅਤ ਖਰਾਬ ਹੋਈ, ਬਰਾਤ ਤੇ ਵਾਪਸ ਆ ਗਈ ਦਿੱਲੀ ਵਾਲੇ ਦੇ। ਇੱਕ ਦੋ ਦਿਨਾਂ ਬਾਅਦ ਮੈਂ ਵਾਪਸ ਆਇਆ, ਉੱਥੇ ਵੀ ਆ ਕੇ ਮੈਂ ਮੇਰੇ ਫਾਦਰ ਆ ਗਿਆ ਬੋਲ ਦੋ ਪੁੱਤਰ ਕਿ ਮਾਂ ਤੇ ਗਈ ਸੀ ਸਾਡੀ, ਪਰਮਾਤਮਾ ਨੇ ਉੱਥੇ ਫਿਰ ਪੁੱਛਾ। ਉਸ ਤੋਂ ਬਾਅਦ ਇੱਕ ਵਾਰ ਹਰਪੀਲ ਦਾ ਬੜਾ ਜ਼ਬਰਦਸਤ ਅਟੈਕ ਹੋਇਆ, ਉਸ ਤੋਂ ਬਾਅਦ ਥਾਇਰਾਇਡ ਇੰਨਾ ਵਿਗੜ ਗਿਆ ਕਿ 15 ਦਿਨ ਇੱਥੇ ਕਮਲ ਕਲੀਨਿਕ ਦੇ ਵਿੱਚ ਐਡਮਿਟ ਹੋਏ, ਉੱਥੋਂ ਉੱਥੋਂ ਵੀ ਕੋਈ ਜਾਣ ਪਛਾਣ। ਅਤੇ ਲੋਕ ਕਹਿੰਦੇ ਹੁੰਦੇ ਸੀ ਕਿ ਕੋਈ ਦਿਆਲਾ ਹੈ ਕਿ ਤੁਰ ਕੇ ਫਿਰ ਗੁਰਦੁਆਰਾ ਤੁਰਨ ਵਾਲਾ ਸਾਹਿਬ ਜਾਣ ਲੱਗ ਗਈ, ਜਿਹਦੇ ਵਾਸਤੇ ਅਸੀਂ ਕਹਿੰਦੇ ਅੱਜ ਗਈ ਕਿੰਨਾ ਨਾਮ ਜਪਣ ਦਾ ਇੰਨਾ ਜ਼ਿਆਦਾ ਸ਼ਕਤੀ ਉਹਨਾਂ ਨੂੰ ਮਿਲੀ ਹੋਈ ਸੀ। ਉਸ ਤੋਂ ਬਾਅਦ ਫਿਰ ਇਹ ਜੋ ਲਾਸਟ ਅਟੈਕ ਹੋਇਆ ਸਟ੍ਰੋਕ ਜਦੋਂ ਹੋਇਆ ਤੋ ਦਿਮਾਗ ਦੇ ਵਿੱਚ ਕਾਫੀ ਹਿੱਸਾ ਡੈਮੇਜ ਹੋਇਆ, ਉਹਦੇ ਨਾਲ ਫਿਰ ਪੰਜਾਬ ਸ਼ਕਤੀ ਵੀ ਉਹਨਾਂ ਚਲੀ ਗਈ। ਇਲਾਜ ਜੋ ਪੋਸੀਬਲ ਸੀ ਇੱਥੇ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਰੋਪਿੰਦਰ ਸਿੰਘ ਨਿਊਰੋਲੋਜਿਸਟ ਉਹਨਾਂ ਨੇ ਇਲਾਜ ਚੱਲਿਆ, ਕਾਫੀ ਠੀਕ ਵੀ ਹੋ ਗਏ ਕਿਉਂਕਿ ਆਪਣੇ ਆਪ ਬਾਥਰੂਮ ਤੱਕ ਜਾਮ ਵੀ ਲੱਗ ਗਿਆ। ਸਾਨੂੰ ਡਰ ਰਹਿੰਦਾ ਸੀ ਕਿਤੇ ਗਿਰ ਨਾ, ਅਤੇ ਗਿਰ ਨਾ ਜਾਂ ਕੋਈ ਗੱਲ ਹੋਈ ਛੋਲੇ 'ਚ ਫ੍ਰੈਕਚਰ ਵੀ ਹੋ, ਸਿਹਤ ਉਹਨਾਂ ਦੀ ਕਾਫੀ ਕਮਜ਼ੋਰ ਸੀ, ਸ਼ੁਰੂ ਵਿੱਚ ਦਵਾਈਆਂ ਲੈ ਰਹੇ ਸੀ ਤੋ ਇੰਨੇ ਕਮਜ਼ੋਰ ਹੋ ਗਏ ਸੀ, ਦਵਾਈਆਂ ਲੈ ਰਹੇ ਸੀ ਉਹ, ਫਿਰ ਮਾਈਂਡ ਚੇਂਜ ਕੰਮ ਨਹੀਂ ਸੀ ਕਰਦਾ ਹੈ, ਬਹੁਤ ਬਹੁਤ ਔਖੇ ਸੀ ਸਰੀਰ ਦਾ। ਲੇਕਿਨ ਪਹਿਲਾਂ ਦਾ ਜੋ ਨਾਮ ਜਪਿਆ ਹੋਇਆ ਸੀ ਇਤਨਾ ਕੰਮ ਆਇਆ ਕਿ ਕੋਈ ਚੀਕ ਚਿਹਾੜਾ ਕੋਈ ਤੜਫਣਾ ਵਾਲੀ ਗੱਲ ਨਹੀਂ, ਸੌਖੇ ਹੀ ਸਾਹ ਨਿਕਲੇ ਜਦੋਂ ਸਭਾ ਆਇਆ। ਤੋ ਅਰਦਾਸਾਂ ਮੈਂ ਦੇਖਿਆ ਆਪਣੇ ਮਾਤਾ ਜੀ ਦੀਆਂ ਅਰਦਾਸਾਂ, ਅਰਦਾਸਾਂ ਦੀਆਂ ਉਹਦਾ ਸੌਖ ਸੀ ਕਿ ਪਾਠ ਕਰੀ ਜਾਓ ਅਰਦਾਸਾਂ ਜਾਓ। ਹੁਣ ਮੈਂ ਤੁਹਾਨੂੰ ਇੱਕ ਤਾਂ ਉਦਾਹਰਨ ਦਊਂਗਾ ਇਸ ਗੱਲ ਦੀ ਹੈ, ਇਹਦੇ ਤੋਂ ਪ੍ਰੇਰਣਾ ਮਿਲਦੀ ਹੈ। ਨੰਬਰ ਇੱਕ ਤਾਂ ਮੇਰਾ ਛੋਟਾ ਭਰਾ ਇੱਥੇ ਬੈਠਾ, ਇਹ ਛੋਟਾ ਭਰਾ ਇੰਨਾ ਕਮਜ਼ੋਰ ਸੀ ਸਰੀਰ ਕਰਕੇ ਇੱਕ ਧੱਕਾ ਦੇ ਦਿੱਤਾ, ਪੜ੍ਹਾਈ 'ਚ ਬੜਾ ਹੁਸ਼ਿਆਰ ਸੀ ਵੈਸੇ ਬੜਾ ਕਮਜ਼ੋਰ ਸੀ। ਉਹ ਲੋਕ ਕਿਹਾ ਕਰਨ ਕਿ ਇਹਨੂੰ ਕਿਸੇ ਨਾ ਕੁਛ ਬੁਲਾਇਆ ਹੋਇਆ ਜਾਂ ਕੁਛ ਬੁਲਾਇਆ, ਕੋਈ ਮੇਰੇ ਮਦਦ ਕਿਹਾ, ਮੇਰੇ ਦਾਦੀ ਜੀ ਕਹਿਣ ਨਹੀਂ, ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ, ਅਸੀਂ ਸਿਰਫ ਪਾਠ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਤੇ ਪਾਠ ਹੀ ਕਰਦੇ। ਕੋਈ 10 ਦੀ 10ਵੀਂ ਜਮਾਤ ਇਹਨੂੰ ਜਾਂ ਤਾਂ ਲੋਕ ਕਹਾਣੀ ਭਰਵਾਣ ਕਹਿੰਦੇ ਹੁੰਦੇ ਸੀ ਜਾਂ ਨਿਕਸ਼ ਮਾਮਾ ਕਹਿੰਦੇ ਸੀ, ਜਦੋਂ 10ਵੀਂ ਜਮਾਤ ਦੀ ਫੋਟੋ ਪੈਣਾ ਥੱਲੇ ਇੱਟਾਂ ਲਾ ਕੇ ਇਹ ਪੜ੍ਹਾਇਆ ਹੋਇਆ, ਗਿਆਰਵੀਂ ਜਦੋਂ ਸੀ ਕਰਦੀ ਕਮਜ਼ੋਰ ਸਿੱਖ ਇੱਕ ਸਾਰੇ ਦਾ ਗੁਰਵਾਇਆ ਮਿਲਣਾ, ਇੱਕ ਸਾਹਿਬ ਕਾਲਜ ਵਿੱਚ ਭੇਜਣਾ, ਮਾੜੀ ਜਿਹੀ ਤਾਂ ਸਿਹਤ ਠੀਕ ਹੋਈ 11ਵੀਂ ਤੋਂ ਬਾਅਦ। ਮੇਰੇ ਮਗਰ ਕਿਸੇ ਸਿਆਣਾ ਦੇ ਚੱਕਰ 'ਚ ਨਹੀਂ ਪਏ, ਗੁਰੂ ਗ੍ਰੰਥ ਸਾਹਿਬ ਦੀ ਵੋਟ ਮਿਲੀ। ਉਸ ਤੋਂ ਬਾਅਦ ਇਹ ਮੇਰਾ ਬੇਟਾ 2003 ਦੇ ਵਿੱਚ ਇਹ ਹੀ ਬੇਟਾ ਜਿਹੜਾ ਤੁਹਾਨੂੰ ਵਿੱਚ ਦੇ, ਇਸ ਬੱਚੇ ਨੂੰ ਐਸੀ ਬਿਮਾਰੀ ਹੋ ਗਈ ਕਿ ਜਿਹਦਾ ਲੋਕ ਨਾ ਸੁਣ ਕੇ ਰਾਜੀ, ਇਸ ਨੂੰ ਬਲੱਡ ਕੈਂਸਰ ਹੋ ਗਿਆ। ਔਰ ਕਿਹੜੀ ਰੀਜ਼ਨ ਸੀ ਮੇਰੇ ਦੋਸਤ ਦੇ ਆਪਣੇ ਬ੍ਰਦਰ ਦੇ ਜਗਪਾਲ ਸਿੰਘ ਹੋਣੀ ਇੱਥੇ ਬਾਹਰ ਹੀ ਹੋਏ ਆ ਅਤੇ ਅੰਦਰ ਬੈਠੇ ਕਿ ਕਿਸ ਸਟੇਜ ਦੇ ਉੱਤੇ ਕੈਂਸਰ ਪਹੁੰਚਿਆ ਹੋਇਆ ਸੀ ਇਹ ਉਹ ਤੁਹਾਨੂੰ ਦੱਸ ਸਕਦਾ, ਅਤੇ ਡਾਕਟਰਾਂ ਨੇ ਕਿਹਾ ਤਾਂ ਕਿ ਇਲਾਜ ਤਾਂ ਅਸੀਂ ਕਰਾਂਗੇ ਲੇਕਿਨ ਐਸੀ ਸਟੇਜ ਦੇ ਉੱਤੇ ਅਸੀਂ ਕੁਛ ਨਹੀਂ ਕਰ ਸਕਦੇ। ਮੇਰੇ ਮਗਰ ਝੋੜੀਆਂ ਅੱਡਾ ਨੂੰ ਦੱਸ ਸਕਦਾ ਕਿ ਇਹ ਮਹਾਰਾਜ ਇਹਨੂੰ ਕੁਛ ਹੋਣ ਤੋਂ ਪਹਿਲਾਂ ਮੈਨੂੰ ਹੋ ਜਾਏ, ਇਹਨੂੰ ਕੁਛ ਹੋ ਜਾਏ, ਉਹਨਾਂ ਨੇ ਕਿਸ ਤਰੀਕੇ ਨਾਲ ਦੱਸਾਂ ਕਰੀ ਆ ਉਹ ਮੈਂ ਨਹੀਂ ਤੁਹਾਨੂੰ ਦੱਸ ਸਕਦਾ, ਉਹ ਹੀ ਦੱਸਦੇ ਹੁੰਦੇ ਸੀ ਕਿ ਮੈਂ ਕੱਢ ਕਰਕੇ ਦੱਸਿਆ ਕਰਦੇ ਸੀ। ਉਹ ਅੱਜ ਤੁਹਾਡੇ ਸਾਹਮਣੇ ਬੱਚਾ ਇਲਾਜ ਵੀ ਸਫਲ ਹੋਇਆ, ਤੁਹਾਡੇ ਸਾਹਮਣੇ ਬੱਚਾ ਫਿਰ ਸਾਡੀਆਂ ਤਰੀਕਿਆਂ ਵਾ ਕਿ ਮੈਨੂੰ ਕਿਹਾ ਕਰਨ, ਮੈਨੂੰ ਛੋਟਾ ਨਾਮ ਮੇਰਾ ਰੂਪ ਵਿੱਚ ਰੂਪਿੰਦਰ ਸਿੰਘ ਰੂਪੀਓ ਕਹਿੰਦੇ ਸੀ ਕਿ ਰੂਪੀ ਤੂੰ ਪੇਪਰ ਜਾਂ ਦੇਣ ਜਾਣਾ ਵਾ, ਮੈਂ ਬੜੀਆਂ ਅਰਦਾਸਾਂ ਕਰਦਾ। ਮੈਂ ਕਿਹਾ ਅਸੀਂ ਭਾਬੀ ਕਹਿੰਦੇ ਸੀ, ਭਾਬੀ ਇਸ ਕਰਕੇ ਕਹਿੰਦੇ ਸੀ ਕਿ ਘਰ ਦੇ ਵਿੱਚ ਮੈਂ ਛੋਟਾ ਬੱਚਾ ਸੀ, ਮੇਰੇ ਤੋਂ ਯਾਰ ਦਿਨ ਹੱਸ ਕੇ ਮੇਰੇ ਆਇਆ ਕਿ ਚਾਚਾ ਸੀ, ਉਹਨਾਂ ਨੇ ਭਾਬੀ ਕਹਿਣਾ ਤੋ ਮੈਂ ਵੀ ਨਾਲ ਭਾਬੀ ਜੋ ਬੱਚਾ ਭਾ ਮੇਰੀ ਰਿਸ ਕੋਈ ਮੇਰਾ ਬ੍ਰਦਰ ਵੀ, ਇਸ ਤਰ੍ਹਾਂ ਮੇਰੀ ਚਾਚੀ ਨੂੰ ਮੇਰੇ ਉਹ ਵੀ ਭਾਬੀ ਸਾਰੇ ਭਾਬੀ ਭਾਬੀ ਕਹਿੰਦੇ ਸੀ। ਤੋ ਅਸੀਂ ਕਹਿੰਦੇ ਜੀ ਕਹਿੰਦੇ ਸੀ ਭਾਬੀ ਤੂੰ ਕੀ ਅਰਦਾਸਾਂ ਕਰਦੀ ਹੈ, ਕਹਿੰਦੀ ਮੈਂ ਅਰਦਾਸਾਂ ਕਰਦੀ ਹਾਂ ਜਿਹਨੇ ਘੱਟ ਤੁਸੀਂ ਪੇਪਰ ਦਿੰਦੇ ਹੋ ਹੇ ਗੁਰੂ ਮਹਾਰਾਜ ਕੋਈ ਸਵਾਲ ਆਏ ਹੋ ਜਿਹੜੇ ਮੇਰੇ ਮੁੰਡੇ ਚੰਗੀ ਤਰ੍ਹਾਂ ਆਉਂਦੇ ਆ, ਹੇ ਗੁਰੂ ਮਹਾਰਾਜ ਮੇਰਾ ਮੁੰਡਾ ਬਿਮਾਰੇ ਹੈ ਜਾਂ ਕੋਈ ਬੱਚਾ ਪੀਐਚਡੀ ਕਰ ਰਿਹਾ, ਕੋਈ ਬੱਚਾ ਹਿਰਦਿਲ ਕਰ ਰਿਹਾ, ਜਾਂ ਕੋਈ ਬੱਚੇ ਦੀਆਂ ਪ੍ਰਾਪਤੀਆਂ ਐਸੀਆਂ ਲਸਾਲੀ, ਸਿਰਫ ਮੇਰੀ ਮਾਤਾ ਦੀਆਂ ਅਰਦਾਸਾਂ ਤੇ ਸਾਰਾ ਕੁਝ ਉਹਨਾਂ ਦੀਆਂ ਅਰਦਾਸਾਂ ਕਰਕੇ ਹੁੰਦੇ। ਇਹ ਕਹਿੰਦੀ ਮੇਰੀ ਮਾਂ ਕਿ ਹੇ ਮਹਾਰਾਜ ਮੇਰੀਆਂ ਪੋਤਿਆਂ ਨੂੰ ਬਹੁਤ ਅੱਛੇ ਘਰ ਮਿਲਣ, ਮੇਰੀਆਂ ਪੋਤਿਆਂ ਨੂੰ ਬਹੁਤ ਅੱਛੇ ਅੱਛੇ ਪ੍ਰਾਹੁਣੇ ਮਿਲਣ। ਉਹੀ ਗੱਲ ਹੋਈ, ਮੋਨੂੰ ਪੋਤੀ ਨੂੰ ਪੁਲਿਸ ਦਾ ਬਹੁਤ ਵੱਡਾ ਅਫਸਰ ਮਿਲਿਆ, ਕੁੱਕੂ ਨੂੰ ਬੈਂਕ ਮੈਨੇਜਰ ਮਿਲਿਆ, ਜੋਤੀ ਨੂੰ ਯੂਨੀਵਰਸਿਟੀ ਦਾ ਪ੍ਰੋਫੈਸਰ ਮਿਲਿਆ, ਮੇਰੀ ਮਾਂ ਦੀਆਂ ਪੂਰੀ ਅਰਦਾਸਾਂ ਪੂਰੀਆਂ। ਫਿਰ ਮੇਰੇ ਜਦੋਂ ਮੈਂ ਟੀਚਰ ਬਣ ਰਿਹਾ ਸੀ
ਐਪਲਾਈਮੈਂਟ ਐਕਸਚੇਂਜ ਦੇ ਥਰੂ ਹੁੰਦਾ ਹੁੰਦਾ ਸੀ। ਚਿੱਠੀਆਂ ਆਇਆ ਕਰਨ ਪੜੀਆਂ, ਕੋਈ ਕਹਿ ਕੇ ਜੀ ਪਾਤਰਾ ਪੋਸਟ ਕਰ ਲਈ ਹੈ, ਕੋਈ ਕਹਿ ਕੇ ਜੀ ਅਖਬਾਰ ਪੋਸਟ ਕਰ ਲਈ ਹੈ। ਤੋ ਮੇਰੀ ਮਦਰ ਕਿਹਾ ਮੇਰੇ ਫਾਦਰ ਨੂੰ, ਕਿਹਾ ਜੀ ਤੁਸੀਂ ਕਦੇ ਐਸਾ ਨਹੀਂ ਹੋ ਸਕਦਾ ਕਿ ਇਹਨੂੰ ਕਿਤੇ ਨੇੜੇ ਨੇੜੇ ਮਿਲ ਜਾਏ, ਕਿਤੇ ਇੱਥੇ ਪਟਿਆਲੇ ਮਿਲ ਜਾਏ। ਮੇਰੇ ਫਾਦਰ ਕਿਹਾ ਕਿ ਇਹਨੂੰ ਆਵਾਜ਼ ਤੇਰੇ ਤੂੰ ਤਾਂ ਕਹਿ ਵੀ ਇਹਨੂੰ ਘਰ ਦੇ ਪ੍ਰੀ ਸਕੂਲ ਖੋਲ੍ਹ ਕੇ ਦੇ ਦਿਉ, ਇਹ ਸਰਕਾਰੀ ਨੌਕਰੀ ਹੈ। ਮੇਰੇ ਮਦਰ ਕਹਿੰਦੇ ਨਹੀਂ, ਜੇ ਮਹਾਰਾਜ ਦੀ ਕਿਰਪਾ ਕਰੀ ਐਂ ਨਹੀਂ ਹੋ ਸਕਦਾ। ਤੋ ਤੁਸੀਂ ਇਹ ਦੇਖ ਲਓ ਕਿ ਪੰਜਾਬ ਦਾ ਬਿਹਤਰੀਨ ਸਕੂਲ, ਉਹ ਮੈਂ ਨਹੀਂ ਕਹਿ ਰਿਹਾ, ਪੰਜਾਬ ਸਕੂਲ ਬੋਰਡ ਨੇ ਐਲਾਨਿਆ ਸੀ, ਪੰਜਾਬ ਦੇ ਬਿਹਤਰੀਨ ਸਕੂਲ ਫੀਲਡ ਦਾ ਸਕੂਲ, ਉਹਦੇ ਵਿੱਚ ਹੀ ਮੈਂ ਕੱਚਾ ਲੱਗਿਆ, ਉਹਦੇ ਵਿੱਚ ਹੀ ਮੈਂ ਸਾਰੀ ਉਮਰ ਰਿਹਾ। ਪਹਿਲਾਂ ਹਿਸਾਬ ਪੜ੍ਹਾਇਆ 25 ਸਾਲ ਅਤੇ 12 ਸਾਲ ਮਿਊਜ਼ਿਕ ਪੜ੍ਹਾਈ, ਉਸ ਤੋਂ ਹੀ ਮੈਂ 37 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੋਇਆ। ਸਿਰਫ ਮੇਰੀ ਮਾਂ ਵੀ ਆ ਅਰਦਾਸ ਤੋਂ, ਇਹ ਅਰਦਾਸਾਂ ਦਾ ਮਾਂ ਦੀ ਅਰਦਾਸਾਂ ਦਾ ਜੇ ਮਾਂ, ਮੇਰੇ ਮਾਂ ਬੜੇ ਭਾਗਾਂ ਵਾਲੇ ਸੀ, ਭਾਗਾਂ ਵਾਲੇ ਸੀ ਇਨ ਦਾ ਸੈਂਸ ਉਹਨਾਂ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਹੱਟੇ। ਪਰਮਾਤਮਾ ਦੀ ਐਸੀ ਕਿਰਪਾ ਸੀ ਕਿਉਂਕਿ ਮੇਰੇ ਪਾਪੇ ਦੀ ਟੈਨਸ਼ਨ ਵੀ ਮੈਨੂੰ ਲੈਣੀ ਕਿ ਮੈਂ ਕਿਸ ਚੀਜ਼ ਦੀ ਲੋੜ। ਜਿਸ ਵੇਲੇ ਸਾਡੀ ਇੱਕ ਵਾਰੀ ਚੋਰੀ ਹੋਈ ਤਾਂ ਮੇਰੀ ਮਾਂ ਨੇ ਮੇਰੀ ਹੈਲਪ ਕੀਤੀ, ਮੁੰਡਾ ਬਿਮਾਰ ਹੋਇਆ ਤਾਂ ਮੇਰੀ ਮਾਂ ਨੇ ਮੇਰੀ ਹੈਲਪ ਕੀਤੀ, ਲੜਕੀ ਦਾ ਵਿਆਹ ਹੋਇਆ ਤਾਂ ਮੇਰੀ ਮਾਂ ਨੇ ਮੇਰੀ ਹੈਲਪ ਕਰੀ। ਮੈਂ ਕਿਹਾ ਭਾਬੀ ਸਾਡੇ ਤੋਂ ਵੀ ਕੁਛ ਲੈ ਲੈਣਾ ਕਿ ਨਾ ਤੁਹਾਨੂੰ ਸਹੁੰ ਲੱਗੇ ਨੇ ਤੁਸੀਂ ਕੁਛ ਲਾਓ, ਫਿਰ ਭਾਬੀ ਦੀ ਟੈਨਸ਼ਨ ਵੀ ਬੜੀ ਹੈ, ਮਹਾਰਾਜ ਦੀ ਕਿਰਪਾ ਹੀ ਬੜੀ ਹੈ, ਸਾਨੂੰ ਤਾਂ ਕੁਛ ਵੀ ਸੇ ਲੈਂਦੇ ਨੇ। ਮੈਂ ਬੜੀ ਗਲਤੀ ਕਰ ਰਿਹਾ, ਉਹਦਾ ਟਾਈਮ ਵੀ ਪੜ੍ਹਨ। ਫਿਰ ਮੇਰੀ ਮਦਰ ਰੈਮ ਦੇ ਬਣੇ ਸੀ ਪਰ ਬੜੇ ਘੋੜੇ ਕਰਾ ਰਹੇ, ਜਿੱਥੇ ਰੋਡ ਪੈਂਦੀ ਸੀ ਫਿਰ ਲਿਹਾਜ ਵੀ ਬਣੇ ਸੀ। ਫਿਰ ਕਿਸ ਤਰ੍ਹਾਂ ਆਉਂਦੇ ਜੀ ਕਿ ਮੈਂ ਪਹਿਲਾਂ ਸਕੂਲ ਜਾਂਦਾ ਰੋਂਦਾ ਹੁੰਦਾ ਸੀ ਛੋਟਾ ਸੀ, ਉਹ ਤਾਂ ਗੱਲ ਸਰ, ਜਦੋਂ ਸਕੂਲ ਜਾਣ ਲੱਗ ਗਿਆ ਤਾਂ ਫਿਰ ਮੈਂ ਕੋਈ ਮਾਂ ਪਾਲਣਾ ਕਰਨਾ ਕਿ ਮੇਰੇ ਸਿਰ ਦੁੱਖਦਾ, ਮੇਰੇ ਢਿੱਡ ਦੁੱਖਦਾ, ਚੱਲਦਾ ਤੇਰਾ ਢਿੱਡ ਜਾ ਕੇ ਉੱਥੇ ਠੀਕ ਹੋਊਗਾ, ਫਿਰ ਤੇਰਾ ਉੱਥੇ ਜਾ ਕੇ ਦੇਖੂ, ਕਦੇ ਘਰ ਨਹੀਂ ਕੱਟ ਦੂ। ਉਹਦਾ ਗਲਤ ਕੀ ਹੋਇਆ, ਸਾਨੂੰ ਹਰ ਰੋਜ਼ ਸਕੂਲ ਜਾਣ ਦੀ ਆਦਤ ਪਈ। ਸਕੂਲ 'ਚ ਮੈਨੂੰ ਇੱਕ ਗੱਲ 11 ਸਾਲ ਸਕੂਲ ਪੜ੍ਹਿਆ, ਮੈਨੂੰ ਇਹ ਲੱਗਦਾ ਕਿ ਮੈਂ 2003 ਛੁੱਟੀਆਂ ਵੀ ਲਈਆਂ, ਕੋਈ ਸਾਡੀ ਨੌਕਰੀ ਦੇ ਵਿੱਚ ਮਸਾਂ ਕਿਤੇ ਬਿਮਾਰ ਹੋਣ ਤਾਂ ਭਾਵੇਂ ਛੁੱਟੀਆਂ ਲਈ ਆਉਣ, ਨਹੀਂ ਕਦੇ ਮੈਂ ਸਾਰੀ ਉਮਰ ਸਾਰੀ ਸਮੇਂ ਦੌਰਾਨ ਛੁੱਟੀ ਨਹੀਂ ਲਈ, ਉਹ ਚੀਜ਼ ਪੱਕੀ ਕਰ। ਫਿਰ ਮੇਰੀ ਇੱਕ ਵਾਰੀ ਨੌਕਰੀ ਉਦੋਂ 200 ਫਿਕਸ ਦੇ ਉੱਪਰ ਹੋਈ, ਪਹਿਲਾਂ ਉਹ 400 ਹੁੰਦੀ ਸੀ, ਜਦੋਂ ਬੰਦਾ ਰੈਗੂਲਰ ਆ ਗਿਆ ਉਹ ਕਹਿੰਦੇ ਜੀ 200 ਫਿਕਸ ਵਾਲੀ, ਮੈਂ ਛੱਡ ਕੇ ਆਉਂਦਾ, ਮੈਂ ਕਿਹਾ ਮੈਡੀ ਮੈਂ 400 ਵਾਲੀ ਨੌਕਰੀ ਕਰਦਾ 200 ਵਾਲੀ ਵੀ ਉੱਪਰ ਘਰ ਆ ਕੇ ਬੈਠ ਗਿਆ। ਜਦ 20-25 ਦਿਨ ਲੱਗੇ ਉਹ ਮੇਰੇ ਮਦਰ ਕਹਿੰਦੇ ਕਾਕਾ ਐਂ ਨਹੀਂ ਗੱਲ ਬਣਨੀ, ਤੇਰੇ ਪਿਓ ਕੋਲ ਇੰਨਾ ਪੈਸਾ ਨਹੀਂ ਹੈ, ਬਿਲਕੁਲ ਹੱਥ ਚੱਲ ਡਾਂਟ ਕੇ ਤੂੰ ਜਾ ਕੇ ਕੋਈ ਉਸ ਵਾਲੀ ਘਰ ਜਿਹੜੇ ਮਰਜ਼ੀ ਘਰ ਸੈੱਟ ਕਰ ਦੇ ਨਾ, ਮੈਨੂੰ ਉੱਥੇ ਭੇਜ ਦਿਓ, ਫਿਰ ਸਿਰ ਨਹੀਂ ਛੱਡ ਦਿਓ। ਮੈਂ ਉੱਥੇ ਜਾ ਕੇ ਡਾਕਟਰ ਹੋ ਗਿਆ, ਕੋਈ ਉਸ ਵਾਲੀ ਕਦੇ ਫਿਰ ਰੈਗੂਲਰ ਹੋ ਗਈ ਸਾਰਾ ਗੱਲ। ਫਿਰ ਇੱਕ ਵਾਰ ਬੜੀ ਇੰਟਰਸਟਿੰਗ ਗੱਲ ਹੈ, ਥੋੜ੍ਹਾ ਟਾਈਮ ਹੀ ਲਊ ਕਿ ਮੈਂ ਆਪਣੇ ਮਦਰ ਨੂੰ ਜਾ ਕੇ ਕਿਹਾ ਕਿ ਭਾਬੀ ਇਸ ਤਰੀਕੇ ਨਾਲ ਹੈ ਕਿ ਲੋਕ ਇਨਕਮ ਟੈਕਸ ਜਾਣ ਦੇ ਵਾਸਤੇ ਨਾ ਕਈ ਵਾਰੀ ਕਿਰਾਏ ਦੀ ਸਲਿੱਪ ਲੈ ਲੈਂਦੇ ਆ, ਉਹ ਭਾਵੇਂ ਮਾਂ ਤੋਂ ਲੈ ਲਓ, ਭਾਵੇਂ ਪਿਓ ਤੋਂ ਲੈ ਲਓ, ਭਾਵੇਂ ਕਿਸੇ ਹੋਰ ਤੋਂ ਲੈ ਲਓ, ਜਿਹਨਾਂ ਸਲਿੱਪ ਲੈ ਕੇ ਦੇ ਦਿਓ ਨਾ ਮੈਨੂੰ, ਤਾਂ ਫਿਰ ਕਿਰਾਏ ਦੇ ਵਿੱਚ ਇਨਕਮ ਟੈਕਸ ਮੇਰਾ ਫਾਇਦਾ ਹੋ ਸਕਦਾ। ਕਹਿੰਦੇ ਪਹਿਲਾਂ ਮੈਨੂੰ ਇਹ ਦੱਸ ਦਿਓ ਵੀ ਤੂੰ ਕਿਰਾਏ ਮੈਨੂੰ ਦਿੰਦਾ, ਮੈਂ ਕਿਹਾ ਮੈਨੂੰ ਕਿਰਾਇਆ ਤਾਂ ਨਹੀਂ ਦਿੰਦਾ। ਕਹਿੰਦੇ ਫਿਰ ਸਿਰਫ ਕਾਹਦੀ ਭਾਵਨਾ ਸੀ, ਤੈਨੂੰ ਤੂੰ ਕਹਿੰਦੇ ਬੜਾ ਸੱਤ ਬਣਿਆ ਜਾਂਦਾ, ਮੈਂ ਕਿਹਾ ਮੈਂ ਤਾਂ ਭਾਵੇਂ ਕੋਈ ਸੱਤ ਨਹੀਂ ਬਣਿਆ ਹੋਇਆ, ਤੁਸੀਂ ਉਹ ਕਹਿੰਦੇ ਹੁੰਦੇ ਕਿ ਮੇਰਾ ਪੁੱਤ ਸੰਤ ਹੈ। ਕਹਿੰਦੇ ਜੇ ਪੁੱਤ ਕਹਿੰਦੇ ਮੇਰਾ ਪੁੱਤ ਸੰਤਾ ਹੈ ਤਾਂ ਤੂੰ ਸੰਤ ਬਣਦਾ ਸਹੀ ਕਰੇ, ਇਹ ਛੁੱਟੀਆਂ ਜਿੱਦਾਂ ਮੇਰੇ ਕੋਲ। ਮੈਂ ਕਿਹਾ ਚਲੋ ਠੀਕ। ਮੇਰੇ ਜਦ ਸ਼ਾਮ ਨੂੰ ਫਾਦਰ ਆਏ, ਮੇਰੇ ਮਦਰ ਕਹਿੰਦੇ ਮਨ ਤੇ ਬਹੁਤ ਸੀਗੇ ਮੁੰਡੇ ਸਲਾਹ ਕਰ ਕਿ ਜੀ ਮੈਂ ਉਹ ਉਸ ਤਰ੍ਹਾਂ ਕਹਿੰਦਾ ਸੀਗਾ ਵੀ ਮੈਂ ਘਰ ਲਵਾਂ ਆਏ। ਮੇਰੇ ਫਾਦਰ ਕਹਿੰਦੇ ਸੀ ਕਿ ਇਹ ਤੂੰ ਲਿਖ ਕੇ ਦੇ ਦੇਣਾ ਸੀ। ਫਿਰ ਮੇਰੇ ਮਦਰ ਆਏ ਮੇਰੇ ਕੋਲ, ਕਹਿੰਦੇ ਰੁਪੀ ਕੀ ਕਹਿੰਦਾ ਸੀ ਤੂੰ ਜਿੱਤ ਲੈਣੇ ਸੀ ਲਿਆ ਦੇ ਦਾ। ਮੈਂ ਕਿਹਾ ਨਾ ਭਾਈ, ਫਿਰ ਤੇਰਾ ਜਿਹੜਾ ਮੁੰਡਾ ਸੰਤ ਸੀਗਾ ਬਣਦਾ ਬਣਦਾ ਉਹ ਤਾਂ ਸੰਤ ਬਣ ਲੂਗਾ। ਮੈਂ ਕਿਹਾ ਹੁਣ ਮੈਂ ਨਹੀਂ ਲੈਣਾ ਭਾਬੀ, ਉਹ ਤਾਂ ਵਿਚਾਰਦਾ ਮੈਨੂੰ ਚੁੱਪ ਕਰ ਗਿਆ। ਕਹਿੰਦੇ ਇਸ ਤਰੀਕੇ ਨਾਲ ਬਿਲਕੁਲ ਵੀ ਪੂਰੇ ਤਰ੍ਹਾਂ ਸੀ ਪੂਰੇ ਤਰੀਕੇ ਨਾਲ ਜੋ ਕਹਿੰਦੇ ਹੁੰਦੇ ਸੀ ਕਿ ਭਾਈ ਜੋ ਕੰਮ ਕਿਸੇ ਦਾ ਗਲਤ ਹੈ ਨਾ ਬਿਲਕੁਲ ਨਹੀਂ ਕਦੇ ਕਰੋ, ਨੰਬਰ ਇੱਕ ਗੱਲ ਕਦੇ ਆਹ ਨਾ ਕਰੋ, ਕਰੋ ਦੂਜੀ ਗੱਲ ਜਿਹੜੀ ਕੰਮ ਕਰਨ ਦੀ ਤੁਹਾਡੇ ਸਮਰੱਥਾ ਨਹੀਂ ਹੈ ਉਹ ਵੀ ਵਾਹ ਨਾ ਕਰੋ। ਤੁਸੀਂ ਕਿਸੇ ਨੂੰ ਜਦੋਂ ਨਾ ਕਰ ਦੋਗੇ ਨਾ ਉਹਦੇ ਗਲਤ ਕੰਮ ਵਾਸਤੇ ਦੋ ਤਿੰਨ ਦਿਨ ਬੁਰਾ ਬਣਾ ਕੇ ਚੁੱਪ ਕਰ ਦੋ, ਅਤੇ ਜੇ ਕੋਈ ਹਾਂ ਕਰ ਦੋਗੇ ਕੰਮ ਤੁਹਾਡੇ ਤੋਂ ਹੋ ਨਹੀਂ ਹੋਵੇਗਾ, ਸਾਰੇ ਮੂੰਹ ਤੁਹਾਡੇ ਨਾਲ ਤੁਸੀਂ ਰਹੋ। ਸਾਡੇ ਸਕੂਲ 'ਚ ਦਾਖਲਾ ਬੜਾ ਔਖਾ ਹੁੰਦਾ ਸੀ, ਤੋ ਮੈਂ ਪਹਿਲੇ ਹੱਥ ਬੰਨਦਾ ਸੀ ਕਿ ਭਾਈ ਮੇਰੇ ਕੋਲ ਨਹੀਂ ਹੁੰਦਾ, ਤੁਸੀਂ ਆਪਣਾ ਕੋਈ ਹੋਰ ਮਾਰਕ ਦਿਓ, ਆਪਣਾ ਇਮਤਿਹਾਨ ਦਿਓ, ਕੰਪੀਟੀਸ਼ਨ 'ਚ ਬੈਠੋ, ਫਿਰ ਗੱਲ ਹੋਏਗੀ ਕਿ ਮੈਂ ਵੀ ਕਰ ਸਕਦਾ। ਅਤੇ ਮੇਰੇ ਬਾਅਦ ਕਹਿੰਦਾ ਭਾਈ ਸਭੀ ਨਾਲ ਸੂਹ ਪੜਾ, ਜਿਹੜਾ ਤੂੰ ਤਾਂ ਦੇਵੇ ਜਵਾਬ ਉਹ ਸਾਫ ਹੀ ਗੱਲ ਕਰ ਦਿੰਦੇ ਸੀ। ਫਿਰ ਕਹਿੰਦੇ ਸੀ ਕਿ ਭਾਈ ਚਾਦਰ ਦੇ ਕੇ ਪੈਰ ਪਸਾਰਿਆ ਕਰੋ, ਕਦੇ ਨਾ ਉਧਾਰ ਦਿਓ ਨਾ ਹੀ ਲਓ,
ਜੇ ਮੈਂ ਗੁਰੂ ਨੂੰ ਦੁਆ ਕਰ ਕਰਦੇ ਨਹੀਂ ਦੇਣੇ ਪਵੇ ਨਾ ਤਾਂ ਦੇ ਭਾਵੇਂ ਦਿਓ ਉਧਾਰ ਕਦੇ ਲਿਓ ਨਾ। ਤੋ ਟੀਚਰ ਵਜੋਂ ਮੈਨੂੰ ਕੀ ਕਹਿੰਦੇ ਸੀ ਕਿ ਭਾਈ ਕਹਿੰਦੇ ਬੱਚਿਆਂ ਨੂੰ ਆਪਣਾ ਵਿਦਿਆਰਥੀਆਂ ਨੂੰ ਕਦੇ ਮਾਰੀ ਨਾ। ਫਿਰ ਕਦੇ ਕਹਿੰਦੇ ਟਿਊਸ਼ਨਾਂ ਕਦੇ ਵੀ ਲੱਗੇ, ਫਿਰ ਆਪਣਾ ਵਾਲਾ ਸਤਿਕਾਰ ਜ਼ਰੂਰ ਕਰਨਾ ਲੇਕਿਨ ਚਾਕੂ ਸੇ ਨਹੀਂ ਕਰਨਾ। ਫਿਰ ਮੈਨੂੰ ਕਹਿੰਦੇ ਸੀ ਕਿ ਇਨਾਮ ਦੇ ਯੋਗਤਾ ਤੋਂ ਬੜੀ ਲੇਕਿਨ ਇਨਾਮਾਂ ਦੇ ਕਦੇ ਪਿੱਛੇ ਭੱਜੀ, ਕਿਉਂਕਿ ਕੇਵਲ ਮਾਨ ਉੱਚਿਤ ਲੈਣ ਵਿੱਚ ਨਹੀਂ ਹੈ ਸਾਡਾ ਮਾਨ, ਜੇਕਰ ਕਿਸੇ ਯੋਗ ਵੀ ਹੋਈਏ ਤਾਂ ਵੱਧ ਨਹੀਂ ਹੈ ਸ਼ਾਨ ਅਤੇ ਸਾਡੇ ਮਗਰ ਦੇ ਸਮਝ। ਮੇਰੇ ਵੱਧ ਵੀ ਕਈ ਵਾਰੀ ਕਿ ਮੈਨੂੰ ਗੱਲ ਇੱਥੇ ਕਰਨੀ ਨਹੀਂ ਚਾਹੀਦੀ, ਕਦੇ ਕਦੇ ਸਮਝ ਕਰਕੇ ਸ਼ਰਾਬ ਵੀ ਘਰ ਆ ਜਾਂਦੇ ਸੀ ਨਾ ਉਹਨਾਂ ਝਗੜਦੇ ਸੀਗੇ। ਫਿਰ ਕਈਆਂ ਨੇ ਕਹਿਣਾ ਵੱਡੇ ਬਜ਼ੁਰਗਾਂ ਕਿ ਦਿਆ ਤੂੰ ਕਹਾਂ ਐਵੇਂ ਨਾਲ ਝਗੜਦੀ ਹੈ ਸਾਰੀ ਦੁਨੀਆਂ ਅੱਜ ਕਰਦੀ, ਕਹਿੰਦੇ ਜੇ ਸਾਰੀ ਦੁਨੀਆਂ ਕਿਸੇ ਗਲਤ ਕੰਮ ਨੂੰ ਕਰੂਗੀ ਤਾਂ ਉਹ ਗਲਤ ਕੰਮ ਠੀਕ ਨਹੀਂ ਹੋਊਗਾ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਸ ਤੋਂ ਕੌਮ ਉਹਦਾ ਨਤੀਜਾ ਕੀ ਹੋਇਆ ਕਿ ਮੇਰਾ ਆਪਣਾ ਦੇਖਣਾ ਹੈ ਕਿ ਅਖੀਰ ਨੇ ਮੇਰੇ ਪਾਸ 25 ਸਾਲ ਸਾਨੂੰ ਇਹ ਸੀ ਪਤਾ ਲੱਗਦਾ ਕਿ ਇਹਨੇ ਕੀਤੀ ਕਿ ਨਹੀਂ ਕੀਤੀ। ਐਡੀ ਘੱਟ ਪੀਂਦੇ ਹੁੰਦੇ ਸੀ ਮੇਰੀ ਮਦਦ ਦੇ ਵਾਰ ਵਾਰ ਕਹਿਣ ਦਾ ਅਸਰ ਸੀ। ਤੋ ਬਾਕੀ ਉਹਨਾਂ ਨੂੰ ਆਪਣੇ ਬੱਚਿਆਂ ਦੇ ਗੁਣ ਦਾ ਪਤਾ ਸੀ, ਉਹਨੂੰ ਪਤਾ ਸੀ ਕਿ ਇਹ ਬੰਦੇ ਨੂੰ ਗੁਣ ਦੁਨੀਆਦਾਰੀ ਦਾ ਪਤਾ ਨਹੀਂ। ਜਦੋਂ ਬੇਟੀ ਦਾ ਮੇਰੇ ਵਿਆਹ ਸੀ ਉਹਨਾਂ ਨੂੰ ਪਤਾ ਕਿ ਮੈਂ ਅਰੇਂਜਮੈਂਟ ਵੀ ਕਰ ਸਕਦਾ, ਕਹਿੰਦੇ ਫਿਰ ਕੀ ਹੋਇਆ ਮੇਰਾ ਛੋਟਾ ਭਰਾ ਹੈ ਬੱਪੂ ਹੈ ਸਾਹਮਣੇ ਕਮੀ ਹੈ ਰਣਜੀਤ ਹੈ ਸਿਕੰਦਰ ਹੋਣੀ ਹੈ ਦਰਜਿੰਦਰ ਹੋਣੀ ਹੈ ਸਾਰਾ ਕੰਮ ਤੁਹਾਡਾ ਆਪੇ ਕਰਨੀ। ਔਰ ਵਾਕਈ ਉਹਨਾਂ ਨੇ ਕਰਿਆ ਵੀ ਮੇਰੇ ਦਿਮਾਗ ਨੂੰ ਕੋਈ ਬੋਝ ਨਹੀਂ ਪਿਆ, ਮਸੇ ਵੀ ਕਹਿੰਦਾ ਮਿਟਣਾ ਹੋਰ ਲੋਕ ਸਫਾਈ ਬਹੁਤ ਸਫਾਈ ਪਸੰਦ ਸੀ। ਬਿਮਾਰੀ ਦੇ ਦੌਰਾਨ ਵੀ ਜਦੋਂ ਚਮਚੇ ਨਾਲ ਸਰੀਰ ਵਿੱਚ ਤਾਂ ਚਮਚੇ ਵਾਲੀ ਪਾਣ ਲੱਗ ਗਈ ਸੀ ਦਵਾਈ ਪਾਣੀ ਜਾਂ ਗਲੂਕੋਜ਼ ਪਾਉਣਾ ਮੂੰਹ ਗਿੱਲਾ ਹੁੰਦਾ ਤਾਂ ਨਾਲ ਦੀ ਨਾਲ ਮਾਰਦਾ ਸੀ। ਬਿਲਕੁਲ ਚੀਜ਼ਾਂ ਨੂੰ ਇੰਨਾ ਆਪਣੇ ਨਾਲ ਟਿਕਾ ਕੇ ਰੱਖਣਾ ਕਿ ਮਿਣ ਵੀ ਚੀਜ਼ ਲੱਭ ਕਰਦੀ ਸੀ ਕਿ ਕਿਹੜੀ ਚੀਜ਼ ਕਿੱਥੇ ਪਈ ਹੈ। ਫਿਰ ਸਰਫਾ ਬੜਾ ਕਰਦੇ ਹੁੰਦੇ ਸੀ, ਇਹ ਨਹੀਂ ਕਿ ਪੱਕਾ ਕਿਸੇ ਕਮਰੇ 'ਚ ਐਵੇਂ ਚੱਲਦੇ ਜਾਂ ਪਾਣੀ ਦੀ ਟੁੱਟੀ ਐਵੇਂ ਚੱਲ ਰਹੀ ਹੈ ਜਾਂ ਬਲਬ ਐਵੇਂ ਉੱਚੀ ਜਾ ਰਹੇ, ਬਿਲਕੁਲ ਨਹੀਂ। ਫਿਰ ਜਿਹਨਾਂ ਦਿਨਾਂ ਦੇ ਵਿੱਚ ਸਟੋਵ ਨਹੀਂ ਸੀ ਹੁੰਦੇ ਜਾਂ ਗੈਸ ਨਹੀਂ ਸੀ ਹੁੰਦੀ ਉਦੋਂ ਕੇਰੀ ਵਾਲੇ ਲੱਡੂ ਬਣਦੇ ਹੁੰਦੇ ਸੀ, ਉਹ ਆਪੇ ਕੇਰੀ ਵਾਲੇ ਲੱਡੂ ਉੱਪਰ ਚੜਾਣੀ ਕੇਰੀ ਆਪੇ ਲੱਡੂ ਬਣਾਉਣੇ ਗਿੱਟੀ ਵਾਸਤੇ। ਉਹ ਸਾਡੇ ਨਾਲ ਦੇ ਗੁਆਂਢ ਨੂੰ ਕਲਾਸਿਸ ਜਿਹੜੇ ਵਿਦਿਆ ਵਾਸਤੇ ਉਹ ਕਹਿੰਦੇ ਕਿ ਵਿਆਹ ਦੇ ਵਿੱਚ ਇੰਨੀ ਸ਼ਕਤੀ ਆਉਂਦੀ ਕਿਵੇਂ ਹੈ ਨੇ। ਇਹ ਹੁਣ ਦੀਆਂ ਗੱਲਾਂ ਮੈਂ ਹੋਰ ਕੀ ਵੱਧ ਤੋਂ ਵੱਧ ਕਰੀ ਜਾਵਾਂ। ਹੁਣ ਮੈਂ ਉਹਨਾਂ ਦੀ ਸੇਵਾ ਸੰਭਾਲ ਦੀ ਗੱਲ ਦੱਸਾਂ ਬਸ ਉਹਨਾਂ ਦੀ ਬਿਮਾਰੀ ਦੇ ਦੌਰਾਨ ਜੋ ਸੇਵਾ ਮੇਰੇ ਛੋਟੇ ਭਰਾ ਨੇ ਭਰਜਾਈ ਲਿਖ ਕੇ ਉਹਨਾਂ ਨਾਲ ਹੀ ਰਹਿੰਦੇ ਹੁੰਦੇ ਸੀ ਕੀਤੀ ਹੈ, ਅੱਜ ਕੱਲ੍ਹ ਦੀ ਇਸ ਯੁੱਗ ਦੇ ਵਿੱਚ ਉਹਨੀ ਸੇਵਾ ਕੋਈ ਕਰਨੀ ਸੀ ਕਿਉਂਕਿ 24 ਘੰਟੇ ਦੀ ਸੇਵਾ ਸੀ। ਰਾਤ ਨੂੰ ਵੀ ਕਈ ਵਾਰ ਜਾਂਦੇ ਰਹਿੰਦੇ ਸੀ ਔਰ ਮੇਰਾ ਭਰਾ ਤੇ ਆਪਣੇ ਦੋਸਤਾਂ ਯਾਰਾਂ ਨੂੰ ਮਿਲਣਾ ਹੀ ਭੁੱਲ ਗਿਆ ਸੀ ਮੇਰੇ ਵਾਸਤੇ। ਭਰਜਾਈ ਮੇਰੀ ਨਾਲ ਸਕੂਲ ਜਾਂਦੀ ਸੀ ਨਾਲੇ ਘਰ ਦਾ ਵੀ ਕੰਮ ਕਰਦੀ ਸੀ। ਤਾਂ ਲੋਕ ਕਹਿੰਦੇ ਸੀ ਕਿ ਮਹਾਰਾਜ ਬੜਾ ਫਲ ਦੇ ਗਿਆ ਕਹਿੰਦੇ ਫਲ ਕੀ ਦੋ ਫਲ ਤਾਂ ਇਹਨੂੰ ਪਹਿਲੇ ਮਿਲਿਆ ਹੋਇਆ। ਮਾਂ ਬਾਪ ਦੇ ਨਾਲ ਰਹਿਣਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਫਲ। ਬਾਕੀ ਸਾਡੇ ਗੁਆਂਢੀ ਭਾਵੇਂ ਕਮੀ ਹੈ ਭਾਵੇਂ ਗੁਰਬੀਰ ਹੈ ਭਾਵੇਂ ਰਾਜੂ ਹੈ ਭਾਵੇਂ ਰਣਜੀਤ ਹੈ ਭਾਵੇਂ ਕਾਲਾ ਹੈ ਭਾਵੇਂ ਵਰਨ ਮੈਨੂੰ ਲਾਉਣੀ ਆਉਂਦੇ ਹੈ ਇੰਨਾ ਜ਼ਿਆਦਾ ਸਹਿਯੋਗ ਦਿੱਤਾ ਉਹ ਜਿਹੜੀ ਹੈ ਨਾ ਕਿ ਭਾਈ ਦੂਰ ਪੜੋਸੀ ਨੇੜੇ ਵਾਲੀ ਕਹਾਵਤ ਉਹਨੂੰ ਮੈਂ ਸਖਸ਼ਮ ਕਰਕੇ ਦਿਖਾ। ਹੁਣ ਪਿੱਛੇ ਜਿਹੇ ਇਹ ਹੈਰੀ ਨੂੰ ਫੋਟੋ ਖਿੱਚਣ ਨੂੰ ਫੋਟੋ ਖਿੱਚਣ ਦਾ ਚੋਸ ਹੈ ਮੇਰੇ ਵੱਲੋਂ ਤਾਂ ਮੇਰੇ ਨਾਲ ਸਿਰਫ 15-16 ਸਾਲ 17 ਸਾਲ ਦਾ ਫਰਕ ਸੀ। ਮੈਂ ਤਾਂ ਕਦੇ ਮੈਂ ਕਹਾਂ ਉਹਨੂੰ ਜੀ ਕਹਿ ਕੇ ਜਲਦੀ ਕੀਤੀ ਹੋਣੀ ਜਿਵੇਂ ਭੈਣਾਂ ਭਰਾਵਾਂ ਦਾ ਹੁੰਦਾ। ਇਹਨੇ ਫੋਟੋ ਖਿੱਚੀ ਇੱਕ ਵਾਰੀ ਇਹ ਫੋਟੋ ਲਿਆ ਲਿਆ ਕੇ ਮੇਰੇ ਮਦਰ ਨੂੰ ਦਿਖਾਵੇ ਮੇਰਾ ਮਦਰ ਵੀ ਬੈਠਾ ਕਹਿੰਦਾ ਜੀ ਫੋਟੋ ਕੈਸੀ ਲੱਗਦੀ ਹੈ। ਮੈਂ ਕਿਹਾ ਵੀ ਦੇਖੋ ਕਦੇ ਸਮਾਂ ਐਸਾ ਸੀ ਕਿ ਲੋਕ ਜਦੋਂ ਸਾਨੂੰ ਦੇਖਦੇ ਸੀ ਤਾਂ ਉਹ ਕਹਿੰਦੇ ਹੁੰਦੇ ਸੀ ਕਿ ਦੇਖ ਦਿਆਲ ਇੰਝ ਲੱਗਦੀ ਹੈ ਜਿਵੇਂ ਆਪਣੇ ਮੁੰਡਿਆਂ ਦੀ ਵੱਡੀ ਭੈਣ ਹੋਵੇ। ਫਿਰ ਮੈਂ ਕਿਹਾ ਸਟੇਜ ਐਸੀ ਆਈ ਕਿ ਲੋਕ ਕਹਿੰਦੇ ਹੁੰਦੇ ਸੀ ਕਿ ਦਿਆਲ ਇੰਝ ਲੱਗਦੀ ਹੈ ਜਿਵੇਂ ਆਪਣੇ ਮੁੰਡਿਆਂ ਦੀ ਬਰਾਬਰ ਦੀ ਭੈਣ ਹੋਵੇ। ਫਿਰ ਮੈਂ ਕਿਹਾ ਹੁਣ ਆਹ ਵੀ ਸਟੇਜ ਆਈ ਉਹ ਫੋਟੋ ਦਿਖਾ ਕੇ ਕਿ ਹੁਣ ਸਾਡੀਆਂ ਸਾਰੀਆਂ ਚਿੱਟੀਆਂ ਹੋ ਗਈਆਂ ਹੁਣ ਇਹ ਫੋਟੋ ਦੇਖ ਕੇ ਲੋਕ ਇਹ ਕਹਿਣਗੇ ਕਿ ਦਿਆਲ ਤਾਂ ਆਪਣੇ ਮੁੰਡਿਆਂ ਦੀ ਛੋਟੀ ਭੈਣ ਹੈ। ਮੈਨੂੰ ਕਹਿੰਦੇ ਚੱਲ ਕੇ ਚੱਲ ਇੰਨਾ ਗੁਲਾਬ ਮਾਣਾ ਮਸ ਕਰੀ ਹੈ। ਤੂੰ ਮੈਂ ਕਹਿੰਦੀ ਮੈਂ ਤਾਂ ਇਹ ਨਹੀਂ ਕਹਿੰਦੀ ਤੂੰ ਮੇਰੇ ਭਰਾ ਤੋਂ ਪੁੱਛ ਕੇ ਗਿਆ ਤੂੰ ਤੋਂ ਪੁੱਛ ਕੇ ਗਿਆ ਅੱਗੇ ਇਸ ਰੂਪਿੰਦਰ ਵੀ ਕਹਿੰਦਾ ਕਹਿੰਦਾ ਭਾਬੀ ਤੂੰ ਮੇਰਾ ਰੰਗ ਦੇ ਕਿੰਨਾ ਪਿੰਕ ਹੈ ਤੇਰੀਆਂ ਅੱਖਾਂ ਦੇ ਕਿੰਨੀਆਂ ਸੋਹਣੀਆਂ ਤੇਰੀ ਸਿਰ ਤੋਂ ਵੀ ਤੂੰ ਬੱਚਾ ਵਰਗੀ ਹੈ ਫਰੈਸ਼ ਤੇ ਤੇਰੇ ਨੱਕ ਦੇ ਕਿੰਨਾ ਤਿੱਖਾ ਹੈ ਭਾਬੀ ਤੂੰ ਤਾਂ ਮਹਾਰਾਣੀ ਵਰਗੀ ਸੋਹਣੀ ਹੈ। ਕਹਿੰਦੇ ਲੈ ਫਿਰ ਤੈਨੂੰ ਹੈਰੀ ਨੂੰ ਕਹਿੰਦੇ ਕਿ ਦੇਖ ਲੈ ਤੇਰੇ ਪਿਓ ਚਾਚੇ ਤੇਰੇ ਮੇਰੇ ਨਾਲ ਕਿਆ ਮਸਤੀਆਂ ਕਰ ਰਹੇ ਗੱਲਾਂ ਕਰ ਰਹੇ ਇਹ ਕਹਿੰਦੇ ਦੇਖ ਭਾਬੀ
ਪਿੱਛੋਂ ਤਾਂ ਤੈਨੂੰ ਵੀ ਪਤਾ ਕਿ ਗੱਲ ਇਹਨਾਂ ਦੀ ਠੀਕ ਹੈ, ਉਹ ਪਿੱਛੋਂ ਤੇ ਕੁਛ ਨਹੀਂ ਆਉਂਦੇ, ਹੱਥ ਨਹੀਂ ਹੱਥ ਨਹੀਂ ਹੱਥ ਨਹੀਂ, ਇਹ ਤਾਂ ਉਦੋਂ ਤੱਕ ਗੁੱਸੇ ਹੋ ਰਹੀ ਹੈ, ਫਿਰ ਗੱਲ ਕਹਿ ਕੇ ਹੱਸ ਰਸ ਦੇ ਵਿੱਚ ਸਾਰੀ ਗੱਲ ਕਰਦੀ ਹੋ ਰਹੀ। ਇਸ ਤਰ੍ਹਾਂ ਬੜੀ ਲਹਿਰਾਂ ਮੈਂ ਸਾਡੇ ਚੱਲਦੇ ਰਹਿੰਦੇ ਸੀ, ਜ਼ਿੰਦਗੀ ਲੰਘਦੀ ਰਹਿੰਦੀ ਸੀ। ਹੁਣ ਪਿੱਛੇ ਜੇ ਇਸ ਬ੍ਰਦਰ ਕੈਪਟਨ ਮੇਰੇ ਭਰਾ ਨੇ ਉਹਨਾਂ ਦੀਆਂ ਕੁਝ ਰਿਕਾਰਡਿੰਗਸ ਕਰੀਆਂ ਸੀ, ਸਿਰਫ ਉਹਦੇ ਵਾਸਤੇ ਮੈਂ ਸਿਰਫ ਰੋਕ ਮਿੰਟ, ਕਿਉਂਕਿ ਮੌਕਾ ਵੀ ਆ ਸਰ, ਮੌਤ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ ਸੀ, ਮੇਰੇ ਕੋਲ ਰਿਕਾਰਡਿੰਗ ਸੀ। ਉਹ ਮੈਨੂੰ ਕਹਿੰਦੇ ਕਿ ਦੇਖੋ ਵੀ ਆ ਜਨਮ ਅਤੇ ਮੌਤ ਇਹ ਦੋ ਜੀਵਨ ਦੇ ਸਿਰੇ, ਅਤੇ ਦੋਹਾਂ ਸਿਰੇ ਆਪਾਂ ਆਪ ਸਵਾਮੀ, ਇਹਨਾਂ ਸਿਰਿਆਂ ਦਾ ਸਵਾਮੀ ਆ ਗੁਰੂ ਨਾਨਕ ਆਪ। ਜਨਮ ਮਰਨ ਹੋਰੇ ਬਸ ਜੋੜ ਨਾ ਜੀਵਨ ਮਰਨ ਨਾ ਜੋੜ। ਉਹ ਕਹਿੰਦੇ ਕਿ ਦੇਖ ਇਹ ਦੇਹ ਹੈ ਦੇਹ, ਸਿਰਫ ਮੋਮੈਂਟ ਦੀ ਗੱਲ ਕਿ ਇਹ ਦੇਹ ਹੈ, ਇਸ ਮੌਕੇ ਨਾਲ ਸੰਬੰਧਿਤ ਹੈ ਤਾਂ ਮੈਂ ਗੱਲ ਕਰਦਾ। ਕਹਿੰਦੇ ਇਹ ਦੇਹ ਹੈ ਅਤੇ ਇਹਦੇ ਵਿੱਚ ਜੋ ਆਤਮਾ ਹੈ ਉਹ ਦੇਹੀ ਹੈ, ਜਦੋਂ ਦੇਹੀ ਦੇਖਦੀ ਹੈ ਕਿ ਜਿਹੜੇ ਅਸੀਂ ਕੱਪੜੇ ਪਾਏ ਹੋਏ ਹਾਂ ਉਸ ਤਰ੍ਹਾਂ ਹੀ ਆਤਮਾ ਨੇ ਸਰੀਰ ਨੂੰ ਪਾਇਆ ਹੈ, ਜਦੋਂ ਉਹ ਆਤਮਾ ਦੇਖਦੀ ਹੈ ਕਿ ਹੁਣ ਇਹ ਸਰੀਰ ਮੇਰੇ ਯੋਗ ਨਹੀਂ ਹੈ, ਭਾਵੇਂ ਉਹ ਵੱਡੀ ਉਮਰ ਹੋ ਗਈ ਹੋਵੇ, ਭਾਵੇਂ ਉਹ ਬਿਮਾਰੀ ਕਰਕੇ ਹੋਵੇ, ਭਾਵੇਂ ਉਹ ਐਕਸੀਡੈਂਟ ਕਰਕੇ ਹੋਵੇ, ਜਦੋਂ ਦੇਹੀ ਦੇਖਦੀ ਹੈ ਕਿ ਇਹ ਦੇਹ ਮੇਰੇ ਕਾਬਲ ਨਹੀਂ ਹੈ ਹੁਣ, ਤਾਂ ਉਹ ਦੇਹ ਬਦਲ ਕੇ ਕੋਈ ਨਵਾਂ ਦੇਹ ਤਿਆਰ ਕਰਦੀ। ਜਿਵੇਂ ਗੀਤਾ ਦੇ ਵਿੱਚ ਕਿਹਾ ਕਿ ਬਸਾਂ ਸੀ ਜੀਵਨ ਆਣੀ ਜਿੱਦਾਂ ਵਿਹਾਈ ਨਵਾਣੀ ਗ੍ਰਹਿਣਾ ਕਿ ਨਰੋ ਪ੍ਰਾਣੀ ਜਿੱਦਾਂ ਸ਼੍ਰੀ ਰਾਣੀ ਵਿਹਾਈ ਦੀ ਨਾਣੀ ਅੰਨਿਆਂ ਵਿਛਿਆ ਦੀ ਨਵਾਣੀ ਅਤੇ ਨਾ ਸਰੀਰ ਗ੍ਰਹਿਣ ਕਰਦਾ। ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਾਵੇ ਤਾਂ ਨਏ ਸਮਾਜ, ਉਦੋਂ ਤੱਕ ਚੱਲਦਾ ਜਦ ਤੱਕ ਕਿ ਸਾਡੀ ਆਤਮਾ ਪਰਮਾਤਮਾ ਦੇ ਵਿੱਚ ਨਹੀਂ ਮਿਲ ਜਾਂਦੀ ਹੈ। ਮੇਰੀ ਵਿਸਾਖੀ ਉਹ ਸੁਣਾਉਂਦੇ ਸੀ, ਉਸ ਤੋਂ ਬਾਅਦ ਮੈਂ ਜਿਵੇਂ ਮੰਗਲ ਦਾ ਉਹ ਕਹਿੰਦੇ ਹੁੰਦੇ ਸੀ ਇੱਕ ਵਾਰੀ ਪੰਜ ਪਾਂਡਵ ਸ਼ਿਕਾਰ ਖੇਡਦੇ ਖੇਡਦੇ ਜੰਗਲ 'ਚ ਲੰਘੇ ਅਤੇ ਰਸਤਾ ਧੁਰ ਕੇ ਪਿਆਸ ਲੱਗੀ, ਉਹ ਪਹਿਲਾਂ ਛੋਟੇ ਭਰਾ ਨੂੰ ਕਿਹਾ ਕਿ ਪਾਣੀ ਲੈ ਕੇ, ਜਦੋਂ ਪਾਣੀ ਲੈਣ ਗਿਆ ਉੱਪਰੋਂ ਆਵਾਜ਼ ਆਈ ਅਧਿਕ ਕਿ ਠਹਿਰਿਆ ਜਾ, ਪਹਿਲਾਂ ਮੇਰੇ ਪ੍ਰਸ਼ਨ ਦਾ ਉੱਤਰ ਦੇ, ਪਰ ਪਿਆਸ ਨਹੀਂ ਲੱਗੀ ਸੀ ਉਹ ਫਟਾਫਟ ਪਾਣੀ ਪੀ ਕੇ ਪੀਤਾ ਪਾਣੀ, ਉਦੋਂ ਦਾ ਦੂਜਾ ਭਰਾ ਗਿਆ ਨਕੁਲ ਗਿਆ ਸਹਿਦੇਵ ਗਿਆ ਅਰਜਨ ਗਿਆ ਭੀਮ ਗਿਆ ਸਭ ਫਟਾਫਟ ਪਾਣੀ ਕਰ ਗਏ, ਪ੍ਰਸ਼ਨ ਦਾ ਉੱਤਰ ਦੇ ਤੱਕ ਨਾ ਅਖੀਰ ਵਿੱਚ ਜੋ ਦਿਸੁਰ ਗਿਆ ਆਵਾਜ਼ ਫਿਰ ਆਈ ਕਿ ਦੇਖ ਤੇਰੇ ਚਾਰ ਭਾਈਆਂ ਦਾ ਕੀ ਹਾਲ ਹੈ, ਜੇ ਤੂੰ ਪਾਣੀ ਕਰੇਗਾ ਤੂੰ ਵੀ ਇਸਰਾ ਹੀ ਜਾਏਗਾ। ਉਹ ਕਹਿੰਦੇ ਤੁਸੀਂ ਪ੍ਰਸ਼ਨ ਤਾਂ ਦੱਸੋ, ਕਈ ਪ੍ਰਸ਼ਨ ਸੀ, ਇੱਕ ਪ੍ਰਸ਼ਨ ਸੀਗਾ ਕਿ ਉਹ ਆਸ਼ਚਰਿਆ ਕਿ ਦੁਨੀਆਂ ਵਿੱਚ ਹੈਰਾਨੀ ਵਾਲੀ ਗੱਲ ਕੀ ਚੀਜ਼। ਉਹ ਜੋ ਦਿਸੁਰ ਨੇ ਫਿਰ ਜਵਾਬ ਜੋ ਦਿੱਤਾ ਕਿ ਐਹ ਨੀ ਦੁਕਾਨੀ ਗਚੰਤੀ ਜਮ ਮੰਦਰਮ ਸ਼ੇਸ਼ਾ ਜੀਵੀ ਦਿਨ ਗਚੰਤੀ ਕਿਉਂ ਆਸ਼ਚਰਿਆ ਕਹਿ ਪੜ੍ਹ ਕਿ ਹੌਲੀ ਹੌਲੀ ਕਰਕੇ ਸਾਰੇ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹੈ, ਲੇਕਿਨ ਜਿਹੜੇ ਜੁੜੇ ਹੈ ਉਹ ਸੋਚੀ ਬੈਠੇ ਕਿ ਅਸੀਂ ਤਾਂ ਜਾਂਦੇ ਨਹੀਂ, ਇਸ ਤੋਂ ਹੈਰਾਨੀ ਵਾਲੀ ਗੱਲ ਕੀ ਚੀਜ਼। ਸਾਧੋ ਰਚਨਾ ਨਾਮ ਬਣਾਈ ਇੱਕ ਵਿਰਸਾ ਇੱਕ ਅਸਤੇ ਮਨ ਨੇ ਅਜਾ ਤੋਂ ਰੱਖਣ ਜਾਈ ਗੁਰੂ ਬਾਣੀ ਜੀ ਕਹਿ ਕੇ। ਤੋ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਬੰਦੇ ਦੀ ਮੌਤ ਸਰੀਰ ਦੀ ਮੌਤ ਨਹੀਂ ਹੁੰਦੀ, ਪ੍ਰਭਾਵ ਦਾ ਭਾਵ ਵੀ ਮੌਤ ਹੁੰਦੀ ਹੈ, ਜਦੋਂ ਬੰਦੇ ਦਾ ਪ੍ਰਭਾਵ ਤੱਕ ਆਉਂਦੇ ਭਾਵੇਂ ਜੁੜਦੇ ਜਾਂ ਮਰ ਜਾਏ, ਲੇਕਿਨ ਜਦ ਤੱਕ ਬੰਦੇ ਦਾ ਪ੍ਰਭਾਵ ਰਹਿੰਦਾ ਬੰਦਾ ਜੁੜਦਾ ਰਹਿੰਦਾ। ਤੋ ਮੈਨੂੰ ਆਸ ਹੈ ਕਿ ਮੇਰੇ ਮਾਤਾ ਜੀ ਦਾ ਪ੍ਰਭਾਵ ਪਰਮਾਤਮਾ ਨੂੰ ਆਸ ਹੈ ਕਿ ਮੇਰੇ ਮਾਤਾ ਜੀ ਦਾ ਪ੍ਰਭਾਵ ਸਾਡੇ ਸਾਰਿਆਂ ਦੇ ਵਿੱਚ ਹਮੇਸ਼ਾ ਕਹਿਣ ਰਹੇ ਅਤੇ ਹਮੇਸ਼ਾ ਇਸ ਤਰੀਕੇ ਨਾਲ ਜੁੜਦੇ ਰਹਿਣ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।